ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ 'ਚ ਰੱਖੇ ਗਏ ਇੱਕ ਸਮਾਗਮ 'ਚ ਸ਼ਿਰਕਤ ਕਰਦੇ ਹੋਏ ਸੰਪਰਦਾਵਾਂ ਅਤੇ ਸਿੱਖ ਮਿਸ਼ਨਰੀਆਂ ਵਿਚਾਲੇ ਪੈਦਾ ਹੋਏ ਮਤਭੇਦ ਨੂੰ ਗੰਭੀਰਤਾ ਨਾਲ ਲਿਆ। ਉਹਨਾਂ ਨੇ ਸੰਪਰਦਾਵਾਂ ਅਤੇ ਸਿੱਖ ਮਿਸ਼ਨਰੀਆਂ ਵਿਚਾਲੇ ਪੈਦਾ ਹੋਏ ਟਕਰਾਅ ਨੂੰ ਰੋਕਣ ਲਈ ਬੁੱਧੀਜੀਵੀ ਵਰਗ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕੱਟੜਤਾ ਅਤੇ ਸੋਸ਼ਲ ਮੀਡੀਆ ਉੱਤੇ ਵੱਧ ਰਹੇ ਕੂੜ ਪ੍ਰਚਾਰ ਨੂੰ ਰੋਕਣ ਲਈ ਬੈਠ ਕੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਬੁੱਧੀਜੀਵੀਆਂ ਨੂੰ ਅੱਜ ਇਹ ਕਿਹਾ ਹੈਗਾ ਕਿ ਜੋ ਸਾਡੇ ਅੰਦਰ ਮਸ਼ੀਨਰੀ ਜਾਂ ਸੰਪਰਦਾਇਕ ਧਿਰਾਂ ਦੇ ਵਿਚਕਾਰ ਟਕਰਾਅ ਦਾ ਮਾਹੌਲ ਬਣ ਰਿਹਾ ਔਰ ਸੋਸ਼ਲ ਮੀਡੀਆ ਜਿਹੜਾ ਹੈ ਇਹਦੇ ਲਈ ਇੱਕ ਆਧਾਰ ਬਣ ਰਿਹਾ, ਇਹਨੂੰ ਬੁੱਧੀਜੀਵੀ ਜਿਹੜੇ ਸਾਰੇ ਅੱਗੇ ਆਉਣ ਔਰ ਇਸ ਟਕਰਾਅ, ਕਿਉਂਕਿ ਸੰਪਰਦਾਇ ਵੀ ਸਾਡੇ ਭਰਾ ਹੈ ਔਰ ਮਸ਼ੀਨਰੀ ਵੀ ਸਾਡੇ ਨੇ, ਇਹਨਾਂ ਦੇ ਵਿੱਚ ਟਕਰਾਅ ਰੋਕਣ ਵਾਸਤੇ ਬੁੱਧੀਜੀਵੀ ਵਰਗ ਜਿਹੜਾ ਹੈ ਉਹ ਅੱਗੇ ਆਵੇ ਅਤੇ ਸੋਸ਼ਲ ਮੀਡੀਆ ਦੇ ਵਿੱਚ ਬੈਠੇ ਜਿਹੜੇ ਖਾਸ ਤੌਰ 'ਤੇ ਸਾਡੇ ਨੌਜਵਾਨ ਉਹਨਾਂ ਨੂੰ ਵੀ ਇਹੋ ਬੇਨਤੀ ਹੈ ਕਿ ਮਾਹੌਲ ਜਿਹੜਾ ਹੈ ਉਹਨੂੰ ਆਪਾਂ ਸੁਖਾਵਾਂ ਬਣਾਈਏ, ਜਿਹੜੀ ਗੱਲਬਾਤ ਹੈ ਉਹਨੂੰ ਆਪਾਂ ਟੇਬਲ 'ਤੇ ਬਹਿ ਕੇ ਕਰੀਏ, ਮੇਜ਼ 'ਤੇ ਬਹਿ ਕੇ ਕਰੀਏ, ਤਾਂ ਕਿ ਕਿਸੇ ਕਿਸਮ ਦੀ ਜਿਹੜੀ ਹੈ ਮਾਹੌਲ ਦੇ ਵਿੱਚ ਕੁੜੱਤਰ ਨਾ ਆਵੇ ਔਰ ਕੌਮੀ ਨੁਕਸਾਨ ਨਾ ਹੋਵੇ। ਦੂਜੇ ਪਾਸੇ ਗੁਰਦੁਆਰਾ ਸ਼੍ਰੀ ਮੰਗੂ ਮੱਠ ਅਤੇ ਗੁਰਦੁਆਰਾ ਡਾਂਗਮਾਰ ਸਾਹਿਬ ਦੇ ਸੰਬੰਧ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਸਲੇ ਉੱਤੇ 19 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਮੀਟਿੰਗ ਬੁਲਾਈ ਗਈ ਹੈ ਜਿੱਥੇ ਸਾਰੇ ਪੱਖਾਂ ਤੋਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਤਰੀਕ ਨੂੰ ਇੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਬੁਲਾ ਲਈ ਹੈ ਅਤੇ ਜਿਹੜੀਆਂ ਡਾਂਗ ਮਾਰਗ ਸਾਹਿਬ ਨਾਲ ਜੁੜੀਆਂ ਧਿਰਾਂ ਨੇ ਉਹਨਾਂ ਨੂੰ 12 ਵਜੇ ਦਾ ਅਸੀਂ ਸੱਦਾ ਦਿੱਤਾ ਅਤੇ ਮੰਗੋ ਮੱਠ ਨਾਲ ਜੁੜੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ 2 ਵਜੇ ਦਾ ਸੱਦਾ ਦਿੱਤਾ ਔਰ ਵਿਚਾਰ ਚਰਚਾ ਕਰਾਂਗੇ। ਨਾਲ ਹੀ ਬਹੁ ਚਰਚਿਤ ਮੁੱਦਾ ਨਾਗਰਿਕਤਾ ਬਿੱਲ ਦੇ ਪਾਸ ਹੋਣ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਬਿੱਲ ਨੂੰ ਜਨਤਾ ਲਈ ਸਹੀ ਠਹਿਰਾਇਆ। ਬਿੱਲ ਜਿਹੜਾ ਹੈਗਾ ਠੀਕ ਹੈ, ਲੇਕਿਨ ਉਹਦੇ 'ਚ ਸਾਰਿਆਂ ਹੀ ਧਰਮਾਂ ਦੇ ਲੋਕਾਂ ਨੂੰ ਪ੍ਰਤੀਨਿਧਤਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਜੀ, ਚਾਹੇ ਉਹ ਮੁਸਲਮਾਨ ਹੈ ਚਾਹੇ ਸਿੱਖ ਹੈ ਬੁੱਧੀ ਜੈਨੀ ਹੈ, ਕਿਸੇ ਧਰਮ ਨੂੰ ਬਾਹਰ ਨਹੀਂ ਕੀਤਾ ਜਾਣਾ ਚਾਹੀਦਾ। ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਬੇਸ਼ ਲਟਾਵਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ